ਪਟਿਆਲਾ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਿਰ ਝੁਕਾ ਕੇ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਅੱਜ ਪੇਪਰ ਭਰੇ ਗਏ ਆ ਉਹ ਸੱਚੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਔਰ ਮੈਨੂੰ ਆਸ਼ੀਰਵਾਦ ਦੇਣਗੇ 13 ਤਰੀਕ ਨੂੰ ਬਰਨਾਲੇ ਦੇ ਵਿੱਚ ਇੱਕ ਕਮਲ ਦਾ ਫੁੱਲ ਖਿਲੇਗਾ ਬਿਕਾ ਸਾਡੀ ਲੜਾਈ ਜਿਹੜੀ ਆ ਇਹ ਮੌਜੂਦਾ ਸਰਕਾਰ ਦੇ ਨਾਲ ਇਹਨਾਂ ਨੇ ਜਿਹੜਾ ਕਹਿੰਦੇ ਸੀ ਰੰਗਲਾ ਪੰਜਾਬ ਅੱਜ ਕੰਗਲਾ ਪੰਜਾਬ ਬਣਿਆ ਅੱਜ ਕੋਈ ਵਰਗ ਨਹੀਂ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਵਪਾਰੀ ਆ ਚਾਹੇ ਉਹ ਕਿਸਾਨ ਆ ਚਾਹੇ ਉਹ ਨੌਜਵਾਨ ਆ ਕੋਈ ਵੀ ਵਰਗ ਆ ਸਾਡੇ ਮਹਿਲਾਵਾਂ ਭੈਣਾਂ ਜਿਨ੍ਹਾਂ ਨੂੰ ਵੀ ਵਾਅਦੇ ਕੀਤੇ ਕਿਸੇ ਨੂੰ ਕੋਈ ਵਾਅਦਾ ਪੂਰਾ ਨਹੀਂ ਕੀਤਾ ਅੱਜ ਪੰਜਾਬ ਦੇ ਵਿੱਚ ਲੁੱਟ ਖੋ ਜਿਹਨਾਂ ਦੀ ਮਾਲੀ ਹਾਲਤ ਜਿਹੜੀ ਪੈਸਾ ਹੈਗਾ ਉਹ ਸਾਰਾ ਦਿੱਲੀ ਭੇਜੀ ਜਾ ਰਹੇ ਆ ਬੁਰਾ ਹਾਲ ਆ ਪੰਜਾਬ ਦੇ ਵਿੱਚ ਇਸ ਵੇਲੇ ਲੋਕ ਤਰ੍ਹਾਂ ਤਰ੍ਹਾਂ ਕਰਦੇ ਆ ਲੋਕਾਂ ਨੇ ਜਿਹੜਾ ਬਦਲਾਅ ਕਿਹਾ ਸੀ ਇਹ ਬਰਨਾਲੇ ਦੀ ਉਹੀ ਧਰਤੀ ਆ ਕਿ ਜੋ ਇਹਨਾਂ ਦੇ ਮੁੱਖ ਮੰਤਰੀ ਕਹਿੰਦੇ ਹੁੰਦੇ ਅਰਸ਼ 'ਤੇ ਜਾਂ ਫਰਸ਼ 'ਤੇ ਹੁਣ 13 ਤਰੀਕ ਨੂੰ ਇਹ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਫਰਸ਼ 'ਤੇ ਹੋਏਗੀ ਜਿਨ੍ਹਾਂ ਲੋਕਾਂ ਦਾ ਉਤਸ਼ਾਹ ਦਿੱਤਾ ਜਿਨ੍ਹਾਂ ਲੋਕਾਂ ਨੇ ਪਿਆਰ ਦਿੱਤਾ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ 13 ਤਰੀਕ ਨੂੰ ਬਰਨਾਲੇ ਦੀ ਇਹੀ ਕ੍ਰਾਂਤੀਕਾਰੀ ਧਰਤੀ 'ਤੇ ਕਮਲ ਦਾ ਫੁੱਲ ਖਿਲੇਗਾ ਔਰ ਇਹੀ ਫੁੱਲ ਜਿਹੜਾ ਮੈਥੋਂ ਲਿਖਾ ਕੇ ਲੈ ਲਓ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਅੱਜ ਬਿਨਾਂ ਸੱਦੇ ਤੋਂ ਇੰਨੇ ਵਰਕਰ ਪਹੁੰਚੇ ਨੇ ਵੱਡੇ ਕਾਫਲੇ ਨਾਲ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਇਹ ਵਰਕਰਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਸਹਿਬਾਨ ਆਏ ਨੇ ਪਿੰਡਾਂ ਤੋਂ ਉੱਠ ਕੇ ਸ਼ਹਿਰ ਤੋਂ ਉੱਠ ਕੇ ਬਸਤੀਆਂ ਤੋਂ ਗਰੀਬ ਮੇਰੇ ਵੀਰ ਮੇਰੇ ਭਰਾ ਮੇਰੀਆਂ ਭੈਣਾਂ ਜਿੰਨੇ ਆਏ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਜਿੰਨਾ ਧੰਨਵਾਦ ਕਰਾਂ ਉਨਾ ਹੀ ਘੱਟ ਆ ਤੁਹਾਡਾ ਵੀ ਸਾਰੇ ਪੱਤਰਕਾਰ ਵੀਰਾਂ ਦਾ ਤੁਸੀਂ ਇੰਨਾ ਸਾਥ ਦਿੰਦੇ ਹੋ ਸਾਰੇ ਬਰਨਾਲੇ ਵਾਲੇ ਮੇਰਾ ਸਾਥ ਆ ਮੇਰਾ ਆਪਣਾ ਪਰਿਵਾਰ ਆ ਮੈਂ ਬਰਨਾਲਾ ਹਮੇਸ਼ਾ ਆਪਣਾ ਪਰਿਵਾਰ ਸਮਝਿਆ ਮੈਂ ਜੋ ਵੀ ਕਦੇ ਵੀ ਦਿੱਤਾ ਕਿ ਮੈਨੂੰ ਇੰਨਾ ਪਿਆਰ ਦਿੱਤਾ ਅਸੀਂ ਇੱਥੇ ਇੰਨਾ ਵਿਕਾਸ ਕਰਾਇਆ ਔਰ 2.5 ਸਾਲ ਤੋਂ ਬਾਅਦ ਇੱਟ ਨਹੀਂ ਲੱਗੀ ਹੁਣ ਉਹੀ ਵਿਕਾਸ ਦਿਆ ਜਿਹੜੀਆਂ ਲਹਿਰਾਂ ਤੇ ਦੁਬਾਰਾ ਸਟਾਰਟ ਹੋਣਗੀਆਂ 13 ਤਰੀਕ ਸ਼੍ਰੋਮਣੀ ਅਕਾਲੀ ਦਲ ਦੇ ਹੈਗਾ ਸੋਹਣ ਸਿੰਘ ਟੰਡਲ ਜਿਹੜੇ ਬੀਜੇਪੀ ਦਾ ਪੱਲਾ ਫੜ ਰਹੇ ਆ ਕਿਵੇਂ ਦੇਖਦੇ ਹੋ ਦੇਖੋ ਜੀ ਅਸੀਂ ਕਹਿੰਦੇ ਹਾਂ ਮੋਸਟ ਵੈਲਕਮ ਜਿਹੜੇ ਸਿਆਣੇ ਆਦਮੀ ਉਹ ਸਾਰੇ ਬੀਜੇਪੀ 'ਚ ਆ ਰਹੇ ਆ ਲੋਕਾਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਪਰਿਵਾਰਵਾਦ ਨੂੰ ਰੌਲਾ ਪਾਉਂਦੇ ਹੁੰਦੇ ਸੀ ਝਾੜੂ ਵਾਲੇ ਅੱਜ ਇਹਨਾਂ ਨੇ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਇਹਨਾਂ ਨੇ ਉਹ ਕਾਂਗਰਸ ਦੇ ਨਾਲ ਇਹਨਾਂ ਨੇ ਹੱਥ ਮਿਲਾਇਆ ਹੋਇਆ ਸਾਡੇ ਪੰਜਾਬ ਦੇ ਵਿੱਚ ਕੋਈ ਵਿਰੋਧੀ ਦਲ ਨਹੀਂ ਇਕੱਠੇ ਹੋ ਕੇ ਦਿੱਲੀ ਅਤੇ ਕੇਜਰੀਵਾਲ ਜੀ ਔਰ ਸਾਡੇ ਰਾਹੁਲ ਗਾਂਧੀ ਇਕੱਠੇ ਇਲੈਕਸ਼ਨ ਲੜਦੇ ਆ ਇਹਨਾਂ ਨੂੰ ਜਿਵੇਂ ਕਿ ਮੈਂ ਦੱਸਦਾ ਹੁੰਦਾ ਕਿ ਸ਼ਹਿਰ ਨੇ ਕਿਹਾ ਕਿ ਹੋ ਜਾਤਾ ਹੈ ਸੋਬਤ ਕਾ ਸਰ ਆਦਮੀ ਕਹਿ ਦਰੋ ਦੀਵਾਰ ਬਦਲ ਜਾਤੇ ਹੈ ਕਿ ਜਿਹੜਾ ਇਹਨਾਂ ਨੇ ਆਪ ਵਾਲਿਆਂ ਨੇ ਕਾਂਗਰਸ ਦਾ ਸਾਥ ਲਿਆ ਉਹਨਾਂ ਨੇ ਹਮੇਸ਼ਾ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਔਰ ਇਹੀ ਜਿਹੜਾ ਮੇਰੇ ਨਾਲ ਕੀਤਾ ਸੀ ਕਾਂਗਰਸ ਨੇ ਹੁਣ ਆਮ ਆਦਮੀ ਪਾਰਟੀ ਨੇ ਬਾਟਣਾ ਜੋ ਕਹਿਣਾ ਚਾਹੁੰਦਾ ਕਿ ਸਾਡੀ ਭਾਰਤੀ ਜਨਤਾ ਪਾਰਟੀ ਦਾ ਸਾਡੇ ਲੋਕਪ੍ਰਿਯ ਸਾਡੇ ਨਰਿੰਦਰ ਮੋਦੀ ਜੀ ਜਿਹੜੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਸਾਹਿਬ ਆ ਉਹਨਾਂ ਦਾ ਇੱਕੋ ਇੱਕ ਨਾਰਾ ਭਾਰਤੀ ਜਨਤਾ ਪਾਰਟੀ ਦਾ ਕਿ ਸਾਡਾ ਕੋਈ ਪਰਿਵਾਰਵਾਦ ਨਹੀਂ ਅਸੀਂ ਹਮੇਸ਼ਾ ਗਰੀਬਾਂ ਦੇ ਨਾਲ ਖੜ੍ਹੇ ਹਾਂ ਔਰ ਸਾਡੇ ਲਈ ਇੱਕੋ ਹੀ ਨਾਰਾ ਕਿ ਰਾਸ਼ਟਰ ਪਹਿਲਾਂ ਨੇਸ਼ਨ ਫਸਟ ਇਸ ਕਰਕੇ ਅਸੀਂ ਉਸੇ ਚੀਜ਼ ਨੂੰ ਕਿਹੜੇ ਮੁੱਦੇ ਰਹਿਣਗੇ ਜੀ ਵਿਕਾਸ ਦੇ ਇਸ ਵਾਰ ਨਵੇਂ ਦੇਖੋ ਜਿਹੜਾ ਵਿਕਾਸ ਉਹਨੂੰ ਪਹਿਲਾਂ ਵੀ ਕਰਾਇਆ ਹੁਣ ਵੀ ਵਿਕਾਸ ਹੋਏਗਾ ਆਪਣਾ ਮੁੱਦਾ ਸਿਰਫ ਵਿਕਾਸ ਅਤੇ ਵਿਕਾਸ ਅਤੇ ਵਿਕਾਸ ਆਪਾਂ ਜ਼ਿਲ੍ਹਾ ਬਣਾਇਆ ਸੜਕਾਂ ਬਣਾਈਆਂ ਅੰਡਰ ਬ੍ਰਿਜ ਬਣਾਏ ਵਾਟਰ ਟ੍ਰੀਟਮੈਂਟ ਪਲਾਂਟ ਬਣਾਏ ਇਹਨਾਂ ਨੇ ਅਸਤਾ ਹਸਪਤਾਲ ਐਡਾ ਵੱਡਾ ਬਣਾ ਰਹੇ ਸੀ ਉਹ ਵੀ ਕੈਂਸਲ ਕਰਤਾ ਇਹ ਵਿਕਾਸ ਨਹੀਂ ਕਰਦੇ ਇਹ ਵਿਨਾਸ਼ ਕਰਦੇ ਆ ਕਿ ਜਿਹੜਾ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਉਹਨੂੰ ਕੰਗਲਾ ਪੰਜਾਬ ਬਣਾਤਾ ਇਹ ਦੁਬਾਰਾ ਭਾਰਤੀ ਜਨਤਾ ਪਾਰਟੀ ਜਿਵੇਂ ਆਪਣਾ ਨਾਲ ਦਾ ਗੁਆਂਢੀ ਸੂਬਾ ਹਰਿਆਣਾ 'ਚ ਤੁਸੀਂ ਦੇਖਿਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ ਉਸੇ ਤਰੀਕੇ ਨਾਲ 2027 ਦੇ ਵਿੱਚ ਇਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਮੌਕੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੀ ਹਾਲ ਪੰਜਾਬ ਦਾ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ ਅਕਤੂਬਰ ਦਾ ਐਂਡ ਆ ਗਿਆ ਹਲੇ ਮਹੀਨਾ ਦੇ ਵਿੱਚ ਝੋਨੇ ਦੀ ਖਰੀਦਦਾਰੀ ਸ਼ੁਰੂ ਨਹੀਂ ਹੋਈ ਕਿਸਾਨ ਰੁੜ ਰਿਹਾ ਵਪਾਰੀ ਰੁੜ ਰਿਹਾ ਰਾਈਸ ਕੀਤੇ ਵੇ ਵਾਧੇ ਕੋਈ ਵੀ ਪੂਰੇ ਨਹੀਂ ਹੋਏ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਣ ਕਰ ਲੈ ਮੈਂ ਲਖਵਿੰਦਰ ਸਿੱਧੀ ਕਰਾ ਹਾਲ ਸੀ ਤੇ ਹੁਣ ਮੇਰੇ ਖਿਆਲ ਦੇ ਵਿੱਚ ਜੋ ਇਹਨਾਂ ਨੇ ਗੁੰਡਾਗਰਦੀ ਜੀਐਸਟੀ ਗਰਾਉਂਡ ਦੇ ਵਿੱਚ ਸ਼ੁਰੂ ਕੀਤੀ ਹੈ ਹਰ ਵਰਗ ਇਹਨਾਂ ਤੋਂ ਸੋ ਬਦਲਾਅ ਲੋਕ ਚਾਹੁੰਦੇ ਆ ਬਦਲਾਅ ਲੋਕ ਪਹਿਲਾਂ ਵੀ ਚਾਹੁੰਦੇ ਸੀ ਅੱਛਾ ਬਦਲਾਅ ਆਇਆ ਸੀ ਹੁਣ ਇੱਕ ਸਹੀ ਬਦਲਾਅ ਬੀਜੇਪੀ ਰਾਹੀਂ ਤਾਂ ਕਿ ਪੰਜਾਬ ਦੇ ਵਿੱਚ ਇੱਕ ਅਜਿਹੀ ਸਰਕਾਰ ਆਵੇ ਜਿਹੋ ਜੀ ਦੂਜੇ ਸੂਬਿਆਂ ਦੇ ਵਿੱਚ ਐਗਜ਼ਾਮਪਲ ਬਣੀ ਹੋਈ ਹੈ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਲਗਾਤਾਰ ਬੀਜੇਪੀ ਸਰਕਾਰ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਗੁਜਰਾਤ ਦੇ ਵਿੱਚ ਪੰਜਵੀਂ ਛੇਵੀਂ ਵਾਰ ਬਣ ਗਈ ਮੱਧ ਪ੍ਰਦੇਸ਼ ਵਾਲਿਆਂ ਨੇ ਚੌਥੀ ਵਾਰੀ ਚੁਣੀ ਹੈ ਕਿਉਂ ਵਾਰ ਵਾਰ ਚੁਣ ਰਹੇ ਆ ਲੋਕ ਬੀਜੇਪੀ ਨੂੰ ਲੋਕ ਜੇ ਉੱਥੇ ਹਰ ਵਰਗ ਖੁਸ਼ ਹੋਊਗਾ ਤਾਂ ਹੀ ਚੁਣ ਰਹੇ ਹੋਣਗੇ ਸੋ ਮੈਂ ਇਹ ਕਹਿੰਦੀ ਹਾਂ ਕਿ ਹੁਣ ਪੰਜਾਬ ਨੂੰ ਵੀ ਦੂਜੇ ਸੂਬਿਆਂ ਤੋਂ ਇੱਕ ਸੇਧ ਲੈ ਕੇ
ਉਹਨਾਂ ਤੋਂ ਕੁਝ ਸਿੱਖ ਕੇ ਆਪਾਂ ਨੂੰ ਵੀ ਇੱਕ ਅਜਿਹੀ ਸਰਕਾਰ ਬਣਾਉਣੀ ਚਾਹੀਦੀ ਹੈ ਜਿਹੜੀ ਕਿ ਦੂਜੇ ਸੂਬਿਆਂ ਦੇ ਵਿੱਚ ਤਰੱਕੀ ਕਰ ਰਹੀ ਹੈ ਆਪਣੇ ਸੂਬੇ ਦੇ ਵਿੱਚ ਵੀ ਕਰੇ। ਭਾਵੇਂ ਇਹ ਬਾਈ ਇਲੈਕਸ਼ਨ ਹੈ ਇਹਦੇ ਨਾਲ ਸਰਕਾਰ ਨਹੀਂ ਬਣਨੀ ਪਰ ਆਉਣ ਵਾਲੀਆਂ ਇਲੈਕਸ਼ਨਾਂ ਦੀ ਨੀਂਹ ਇਹਨਾਂ ਤੋਂ ਹੀ ਰੱਖੀ ਜਾਣੀ ਹੈ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਦਾ ਸਮਰਥਨ ਦੇਣਾ ਚਾਹੀਦਾ ਤਾਂ ਕਿ ਸੈਂਟਰ ਤੇ ਸੂਬੇ ਦੀ ਸਰਕਾਰ ਦਾ ਸਹੀ ਤਾਲਮੇਲ ਆਉਣ ਵਾਲੇ ਸਮੇਂ ਦੇ ਵਿੱਚ ਬਣੇ, ਇੱਥੇ ਵੀ ਡਬਲ ਇੰਜਨ ਦੀ ਸਰਕਾਰ ਆਵੇ ਤੇ ਪੰਜਾਬ ਦਾ ਵੀ ਵਿਕਾਸ ਹੋਵੇ, ਪੰਜਾਬ ਦੇ ਲੋਕ ਵੀ ਸੁੱਖ ਸ਼ਾਂਤੀ ਨਾਲ ਰਹਿ ਸਕਣ। ਬਰਨਾਲੇ ਦੇ ਕਿਵੇਂ ਦੇਖਦੇ ਕਿਉਂ ਸਿੰਘ ਤੋਂ ਇਲੈਕਸ਼ਨ ਲੜ ਰਹੇ ਨੇ? ਸਾਫ ਤੌਰ ਤੇ ਕਿਵੇਂ ਰਹੇ ਨੇ ਤੁਸੀਂ ਦੇਖਿਆ ਵੀ ਅੱਜ ਨੂੰ? ਬਹੁਤ ਵਧੀਆ ਕੈਂਡੀਡੇਟ ਨੇ ਜੀ। ਬਰਨਾਲੇ ਨੂੰ ਜ਼ਿਲ੍ਹਾ ਬਣਾਉਣ ਵਾਲੇ ਕੇਵਲ ਸਿੰਘ ਢਿੱਲੋਂ ਹੋਰਾਂ ਨੂੰ ਜੇ ਬਰਨਾਲੇ ਵਾਲੇ ਵੋਟਾਂ ਨਹੀਂ ਪਾਉਣਗੇ ਤਾਂ ਹੋਰ ਕਿਹਨੂੰ ਪਾਉਣਗੇ? ਸੋ ਮੈਂ ਇਹੀ ਕਹਿੰਦੀ ਹਾਂ ਕਿ ਜ਼ਰੂਰ ਉਹ ਇੱਥੋਂ ਜਿੱਤਣਗੇ, ਮੈਨੂੰ ਪੂਰੀ ਉਮੀਦ ਹੈ। ਜੋ ਅਸੀਂ ਲੋਕਾਂ ਦਾ ਉਤਸ਼ਾਹ ਦੇਖ ਰਹੇ ਹਾਂ, ਅੱਜ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਵੱਡਾ ਇਕੱਠ ਉਹਨਾਂ ਦੇ ਘਰ ਦੇ ਸਾਹਮਣੇ ਇਕੱਠਾ ਹੋਇਆ ਸੀ, ਉੱਥੋਂ ਇੱਥੋਂ ਤੱਕ ਉਹਨਾਂ ਨਾਲ ਕਾਗਜ਼ ਭਰਵਾਉਣ ਵਾਸਤੇ ਆਏ ਨੇ। ਸੋ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈ।